ਸਤਿ ਸ੍ਰੀ ਅਕਾਲ ਜੀ। ਅੱਜ ਤੁਹਾਡੇ ਨਾਲ ਇੱਕ ਕਿਤਾਬ ਜਿਹੜੀ ਸਾਂਝੀ ਕਰਾਂਗੇ ਆਪਾਂ, 2 ਮਿੰਟ ਇੱਕ ਕਿਤਾਬ, ਜਿਹੜਾ ਆਪਣਾ ਪ੍ਰੋਗਰਾਮ ਆ ਛੋਟਾ ਜਿਹਾ, ਉਹਦੇ ਵਿੱਚ ਬੱਬਰ ਅਕਾਲੀ ਕਰਮ ਸਿੰਘ ਦੌਲਤਪੁਰ ਬਾਰੇ ਗੱਲ ਕਰਾਂਗੀ। ਇਹ ਕਿਤਾਬ ਬੀਬੀ ਅਰਸ਼ਪ੍ਰੀਤ ਕੌਰ ਬੈਂਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰਿਸਰਚ ਸਕਾਲਰ ਨੇ, ਉਹਨਾਂ ਦੁਆਰਾ ਮਤਲਬ ਇਹ ਕਿਤਾਬ ਰਚੀ ਗਈ ਹੈ। ਅਤੇ ਉਹਨਾਂ ਦਾ ਇਹਦੇ ਵਿੱਚ ਕਰਮ ਸਿੰਘ ਬਾਬੇ ਦਾ ਜੀਵਨਾ, ਇਤਿਹਾਸ ਹੈ, ਅਤੇ ਉਹਨਾਂ ਬਾਰੇ ਜੋ ਜੋ ਉਹਨਾਂ ਨੇ ਕੁਰਬਾਨੀ ਦਿੱਤੀ ਆ ਉਹਦੇ ਬਾਰੇ ਇਹਦੇ 'ਚ ਜ਼ਿਕਰ। ਤਾਂ ਸੰਖੇਪ ਦੇ ਵਿੱਚ ਮੈਂ ਦੱਸਾਂਗਾ ਇਸ ਕਿਤਾਬ, ਜੋ ਕਰਮ ਸਿੰਘ ਦੌਲਤਪੁਰ ਕੌਣ ਸਨ। ਕਰਮ ਸਿੰਘ ਦੌਲਤਪੁਰ ਪਹਿਲਾਂ ਉਹਨਾਂ ਨੇ ਅੰਗਰੇਜ਼ਾਂ ਦੀ ਇੱਕ ਮਤਲਬ ਸੈਨਾ ਦੀ ਟੁਕੜੀ ਵਿੱਚ ਕੰਮ ਕੀਤਾ। ਤਾਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੇਖਿਆ ਕਿ ਅੰਗਰੇਜ਼ ਭਾਰਤੀਆਂ ਨਾਲ ਬਦਸਲੂਕੀ ਕਰਦੇ ਨੇ, ਤਾਂ ਉਹਨਾਂ ਨੇ ਜੋਬ ਛੱਡ ਦਿੱਤੀ। ਫਿਰ ਪਿੰਡ ਆ ਕੇ ਉਹਨਾਂ ਨੇ ਨਾਮ ਜਪਿਆ, ਸਿਮਰਨ ਕੀਤਾ ਅਤੇ ਭਗਤੀ ਵੱਲ ਆਏ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜਾਣ ਦਾ ਮਨ ਬਣਾਇਆ, ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਨੂੰ ਕੈਨੇਡਾ ਬੁਲਾ ਲਿਆ। ਕੈਨੇਡਾ ਜਾ ਕੇ ਉਹ ਗਦਰੀਆਂ ਨਾਲ ਰਲੇ, ਗਦਰੀਆਂ ਨਾਲ ਗੱਲਬਾਤ ਕੀਤੀ, ਫਿਰ ਉਹ ਬਾਬਾ ਗਦਰੀ ਬਾਬਾ ਬਣ ਕੇ ਵਾਪਸ ਆਇਆ ਅਤੇ ਮਤਲਬ ਮੁੱਖ ਮੈਂਬਰ ਵਜੋਂ ਪੰਜਾਬ ਵਾਪਸ ਆਇਆ ਸੀ ਬਾਬਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਸੰਘਰਸ਼ ਕੀਤਾ ਗਦਰੀ ਬਾਬੇ, ਗਦਰੀ ਜਿਹੜੀ ਲਹਿਰ ਸੀ ਉਹਦੇ ਵਿੱਚ। ਫਿਰ ਜਦੋਂ ਨਨਕਾਣਾ ਸਾਹਿਬ ਵਿਖੇ ਜਿਹੜੀ ਘਟਨਾ ਵਾਪਰਦੀ ਆ, ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਹੀ ਮਤਲਬ ਉਹਨਾਂ ਦਾ ਮਨ 'ਚ ਜੋੜਿਆ ਜਾਂਦਾ ਅਤੇ ਉਹ ਬਹੁਤ ਦੁਖੀ ਹੁੰਦੇ ਨੇ। ਫਿਰ ਉਹ ਹਥਿਆਰ ਚੁੱਕਦੇ ਨੇ ਅਤੇ ਹਥਿਆਰ ਨਾਲ ਫਿਰ ਬਦਲਾ ਲੈਣ ਦੀ ਉਹਨਾਂ ਦੇ ਵਿੱਚ ਭਾਵਨਾ ਆਉਂਦੀ ਹੈ। ਉਸ ਤੋਂ ਬਾਅਦ ਉਹ ਕਈ ਮਤਲਬ ਬੰਬ ਬਣਾਉਣ ਦਾ, ਔਰ ਉਹਨਾਂ ਨੇ ਇੱਕ ਅਖਬਾਰ ਵੀ ਚਲਾਇਆ ਅਤੇ ਫਿਰ ਅੰਤ ਦੇ ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਉਹ ਮਾਰੇ ਜਾਂਦੇ ਆ। ਅਤੇ ਅੱਜ ਉਹਨਾਂ ਦਾ ਦੌਲਤਪੁਰ ਵਿਖੇ ਕਾਫੀ ਸਥਾਨ, ਇੱਕ ਸਥਾਨ ਬਣਾਇਆ ਹੋਇਆ। ਬਾਕੀ ਹੋਰ ਵੀ ਕਈ ਉਹਨਾਂ ਦੇ ਨਾਮ 'ਤੇ ਲਾਇਬ੍ਰੇਰੀਆਂ ਨੇ ਔਰ ਸਕੂਲ ਨੇ ਜੋ ਚੱਲਦੇ ਨੇ। ਅਤੇ ਇਹ ਉਹਨਾਂ ਦੀ ਇੱਕ ਜੀਵਨ ਸੀ ਸੰਖੇਪ ਦੇ ਵਿੱਚ। ਬਾਕੀ ਬਹੁਤ ਸਾਰੀਆਂ ਘਟਨਾਵਾਂ ਨੇ ਅਤੇ ਰਿਸਰਚ ਕੀਤਾ ਹੋਇਆ ਬੀਬੀ ਦੀ ਇਸ ਕਿਤਾਬ ਦੇ ਵਿੱਚ, ਇਹ ਜ਼ਰੂਰ ਪੜ੍ਹੋ। ਸਤਿ ਸ਼੍ਰੀ ਅਕਾਲ।